ਸਰਬੱਤ ਦਾ ਭਲਾ ਟਰੱਸਟ ਵੱਲੋਂ ਪਿੰਡ ਸਲੋਦੀ ਵਿਖੇ ਕੀਤਾ ਗਿਆ ਸਨੀ ਓਬਰਾਏ ਕਲੀਨਿਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ ਦਾ ਉਦਘਾਟਨ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸਨੀ ਓਬਰਾਏ ਕਲੀਨਿਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ ਮਹਾਨ ਸ਼ਹੀਦ ਅਮਰ ਬਾਬਾ ਸਿੱਧ ਜੀ ਗੁਰਦੁਆਰਾ ਸਾਹਿਬ ਪਿੰਡ ਸਲੋਦੀ ਸਿੰਘਾਂ ਦੀ ਲੁਧਿਆਣਾ ਵਿਖੇ ਖੋਲ੍ਹੀ ਗਈ ਹੈ, ਜਿਸ ਦਾ ਉਦਘਾਟਨ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾਕਟਰ SP ਸਿੰਘ ਓਬਰਾਏ ਵੱਲੋਂ ਕੀਤਾ ਗਿਆ। ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡਾਕਟਰ SP ਸਿੰਘ ਓਬਰਾਏ ਨੇ ਕਿਹਾ ਕਿ ਸਰਬੱਤ ਦਾ ਭਲਾ ਟਰੱਸਟ ਵੱਲੋਂ ਲੋਕਾਂ ਨੂੰ ਬਹੁਤ ਹੀ ਘੱਟ ਰੇਟਾਂ ਉੱਤੇ ਕਲੀਨਿਕਲ ਟੈਸਟ ਮੁਹੱਈਆ ਕਰਵਾਉਣ ਲਈ ਮੈਡੀਕਲ ਸਕੀਮਾਂ ਚੱਲ ਰਹੀਆਂ ਹਨ। ਹੁਣ ਤੱਕ ਟਰੱਸਟ ਵੱਲੋਂ 100 ਦੇ ਲਗਭਗ ਸਨੀ ਓਬਰਾਏ ਕਲੀਨਿਕਲ ਲੈਬੋਰੇਟਰੀਆਂ ਖੋਲ੍ਹੀਆਂ ਗਈਆਂ ਹਨ ਤਾਂ ਕਿ ਜ਼ਰੂਰਤਮੰਦ ਲੋਕਾਂ ਨੂੰ ਫਾਇਦਾ ਮਿਲ ਸਕੇ। ਟਰੱਸਟ ਵੱਲੋਂ ਹੁਣ 150 ਲੈਬੋਰੇਟਰੀਆਂ ਖੋਲ੍ਹਣ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਨੂੰ ਅਸੀਂ ਪੂਰਾ ਕਰ ਲਵਾਂਗੇ। ਡਾਕਟਰ ਓਬਰਾਏ ਨੇ ਦੱਸਿਆ ਕਿ ਕਲੀਨਿਕਲ ਲੈਬਾਂ ਦੇ ਨਾਲ ਜਿੱਥੇ ਸਾਨੂੰ ਵਾਧੂ ਜਗ੍ਹਾ ਮਿਲ ਰਹੀ ਹੈ, ਉੱਥੇ ਟਰੱਸਟ ਵੱਲੋਂ ਡਿਜੀਟਲ ਐਕਸਰੇ, ਅਲਟਰਾਸਾਊਂਡ, ਫਿਜ਼ੀਓਥੈਰੇਪੀ ਸੈਂਟਰ, ਡੈਂਟਲ ਸੈਂਟਰ ਆਦਿ ਵੀ ਖੋਲ੍ਹੇ ਜਾ ਰਹੇ ਹਨ ਤਾਂ ਕਿ ਇੱਕੋ ਛੱਤ ਥੱਲੇ ਲੋਕਾਂ ਨੂੰ ਵੱਧ ਤੋਂ ਵੱਧ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਇਸ ਮੌਕੇ ਬੋਲਦਿਆਂ ਡਾਕਟਰ ਦਲਜੀਤ ਸਿੰਘ ਗਿੱਲ, ਸਲਾਹਕਾਰ ਸਿਹਤ ਸੇਵਾਵਾਂ ਨੇ ਦੱਸਿਆ ਕਿ ਡਾਕਟਰ SP ਸਿੰਘ ਓਬਰਾਏ ਲੰਬੇ ਸਮੇਂ ਤੋਂ ਲੋਕਾਈ ਦੀ ਸੇਵਾ ਕਰ ਰਹੇ ਹਨ, ਉਸੇ ਅਧੀਨ ਹੀ ਅੱਜ ਲੋਕਾਂ ਨੂੰ ਬਹੁਤ ਹੀ ਘੱਟ ਦਰਾਂ 'ਤੇ ਕਲੀਨਿਕਲ ਟੈਸਟ ਮੁਹੱਈਆ ਕਰਵਾਉਣ ਲਈ ਸਨੀ ਓਬਰਾਏ ਕਲੀਨਿਕਲ ਲੈਬ ਨੂੰ ਖੋਲ੍ਹਿਆ ਗਿਆ ਤਾਂ ਕਿ ਲੋਕੀ ਇੱਥੇ ਟੈਸਟ ਕਰਵਾ ਕੇ ਆਪਣਾ ਇਲਾਜ ਬਿਹਤਰ ਢੰਗ ਨਾਲ ਕਰਵਾ ਸਕਣ। ਲੋਕਾਂ ਨੂੰ ਇਸ ਲੈਬੋਰੇਟਰੀ ਤੋਂ ਲਾਭ ਪ੍ਰਾਪਤ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਡਾਕਟਰ ਦਲਜੀਤ ਸਿੰਘ ਗਿੱਲ, ਸਲਾਹਕਾਰ ਸਿਹਤ ਸੇਵਾਵਾਂ, ਸਰਦਾਰ ਸੁਰਿੰਦਰ ਸਿੰਘ ਪ੍ਰਧਾਨ ਪਟਿਆਲਾ ਇਕਾਈ, ਸਰਦਾਰ ਜਸਵੰਤ ਸਿੰਘ ਛਾਪਾ ਪ੍ਰਧਾਨ ਲੁਧਿਆਣਾ ਇਕਾਈ ਅਤੇ ਸਾਬਕਾ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਸਰਦਾਰ ਭੁਪਿੰਦਰ ਸਿੰਘ, ਸਰਦਾਰ ਬਲਤੇਜ ਸਿੰਘ, ਸਰਦਾਰ ਮਹਾ ਸਿੰਘ, ਸਰਦਾਰ ਚਰਨਜੀਤ ਸਿੰਘ, ਸਰਦਾਰ ਮੇਜਰ ਸਿੰਘ, ਸਰਦਾਰ ਜਸਵਿੰਦਰ ਸਿੰਘ ਪ੍ਰਬੰਧਕ ਕਮੇਟੀ ਮਹਾਨ ਸ਼ਹੀਦ ਅਮਰ ਬਾਬਾ ਸਿੰਘ ਦੀ ਗੁਰਦੁਆਰਾ ਸਾਹਿਬ ਪਿੰਡ ਸਲੋਤੀ ਸਿੰਘਾਂ ਦੀ ਲੁਧਿਆਣਾ ਵਿਖੇ ਮੌਜੂਦ ਹਨ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲ ਪੁਰਬ ਦੇ ਉੱਤੇ ਇੱਕ ਫੈਸਲਾ ਕੀਤਾ ਗਿਆ ਸੀ ਕਿ ਇਸ ਚੀਜ਼ ਦੀ ਬਹੁਤ ਲੋੜ ਹੈ ਕਿ ਜਿੰਨੇ ਵੀ ਆਪਣੇ ਗਰੀਬ ਤਬਕਾ ਕਹਿ ਲਓ ਜਾਂ ਲੋੜਵੰਦ ਜਿਹੜੇ ਹੈਗੇ ਨੇ ਉਹ ਟੈਸਟ ਨਹੀਂ ਸੀ ਕਰਾ ਪਾ ਰਹੇ। ਅਸੀਂ ਇੱਕ ਬੀੜਾ ਚੁੱਕਿਆ ਕਿ ਅਸੀਂ ਲੈਬੋਰਟਰੀਆਂ ਖੋਲ੍ਹੀਏ। ਸੋ ਪਹਿਲਾਂ 50 ਲੈਬੋਰਟਰੀਆਂ ਦਾ ਸਾਡਾ ਇੱਕ ਟੀਚਾ ਸੀ। 50 ਲੈਬੋਰਟਰੀਆਂ ਖੋਲ੍ਹਣ ਤੋਂ ਬਾਅਦ ਅਜੇ ਅਸੀਂ ਏਰੀਆ ਕਵਰ ਨਹੀਂ ਕਰ ਪਾਏ, ਫਿਰ ਅਸੀਂ 50 ਹੋਰ ਕੀਤੀਆਂ। ਸੋ ਹੁਣ ਸਾਡੀਆਂ 100 ਤੋਂ ਉੱਤੇ ਲੈਬੋਰਟਰੀਆਂ ਜਿਹੜੀਆਂ ਇਸ ਵੇਲੇ ਚੱਲ ਰਹੀਆਂ ਨੇ। ਪੰਜਾਬ ਹੋ ਗਿਆ, ਹਰਿਆਣਾ ਹੈ, ਰਾਜਸਥਾਨ ਹੈ, ਹਰਿਆਣੇ ਵਿੱਚ, ਹਿਮਾਚਲ ਦੇ ਵਿੱਚ, ਇਹ ਸਾਰਿਆਂ ਪਾਸੇ, ਚੰਡੀਗੜ੍ਹ, ਦਿੱਲੀ, ਇਹ ਸਾਰਿਆਂ ਪਾਸੇ ਲੈਬੋਰਟਰੀਜ਼ ਚੱਲ ਰਹੀਆਂ ਨੇ। ਅਤੇ ਅੱਜ ਪਿੰਡ ਸਲੋਦੀ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਲੈਬੋਰਟਰੀ ਖੋਲ੍ਹੀ ਗਈ ਹੈ, ਜਿਹੜੀ ਕਿ ਪਬਲਿਕ ਨੂੰ ਸਮਰਪਿਤ ਕਰ ਦਿੱਤੀ ਗਈ ਹੈ। ਇਹਦੇ ਲਈ ਮੈਂ ਸਭ ਤੋਂ ਪਹਿਲਾਂ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ, ਇਸ ਇਲਾਕੇ ਦੇ ਸਾਰੇ ਜਿਨ੍ਹਾਂ ਨੇ ਯੋਗਦਾਨ ਪਾਇਆ, ਇਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ। ਗੁਰਦੁਆਰਾ ਸਾਹਿਬ ਨੇ ਸਾਨੂੰ ਆਹ ਬਿਲਡਿੰਗ ਬਣਾ ਕੇ ਦਿੱਤੀ ਕਿ ਇੱਥੇ ਅਸੀਂ ਲੈਬੋਰਟਰੀ ਖੋਲ੍ਹ ਸਕੇ ਹਾਂ। ਸੋ ਇਸ ਤਰੀਕੇ ਨਾਲ ਸਾਡਾ ਹੁਣ 50 ਲੈਬੋਰਟਰੀਆਂ ਅਸੀਂ ਹੋਰ ਕੀਤੀਆਂ ਅੱਗੇ। ਸੋ ਸਾਡਾ ਟੀਚਾ ਜਿਹੜਾ ਉਸ 150 ਲੈਬੋਰਟਰੀ ਦਾ ਹੋ ਗਿਆ।
ਤਕਰੀਬਨ ਰਾਜਸਥਾਨ 'ਚ ਸਾਡੀਆਂ 5 ਲੈਬੋਰਟਰੀ ਖੁੱਲ੍ਹ ਚੁੱਕੀਆਂ ਨੇ, ਅਜੇ 5 ਦਾ ਹੋਰ ਟੀਚਾ ਸਾਡਾ। ਇਸ ਅਗਲੇ ਹਫ਼ਤੇ ਵਿੱਚ ਅਸੀਂ ਉੱਥੇ ਜਿਹੜੀਆਂ 2 ਲੈਬੋਰਟਰੀ ਖੋਲ੍ਹਣ ਹੋਰ ਜਾ ਰਹੇ ਹਾਂ। ਸੋ ਇੱਧਰੋਂ ਚੱਲਦੇ ਚੱਲਦੇ ਅਸੀਂ ਪੰਜਾਬ 'ਚ ਸਾਡੀਆਂ ਬਹੁਤ ਲੈਬੋਰਟਰੀਆਂ ਹੋ ਗਈਆਂ ਨੇ, ਹਰ 25-30 ਕਿਲੋਮੀਟਰ 'ਤੇ ਸਾਡੀ ਲੈਬੋਰਟਰੀ ਹੈਗੀ ਹੈ। ਸਪੈਸ਼ਲੀ ਜਿਹੜਾ ਕੰਢੀ ਦਾ ਏਰੀਆ ਕਹਿ ਲਓ, ਉਸ ਪਾਸੇ ਸਾਡਾ ਜ਼ਿਆਦਾ ਧਿਆਨ ਹੈ ਕਿ ਜਿਹੜੇ ਲੋਕਾਂ ਕੋਲ ਟਰਾਂਸਪੋਰਟੇਸ਼ਨ ਦਾ ਕੋਈ ਪੈਸਾ ਨਹੀਂ ਹੈਗਾ, ਗੱਡੀਆਂ ਨਹੀਂ ਹੈਗੀਆਂ, ਉਹ ਆ ਨਹੀਂ ਸਕਦੇ। ਸੋ ਉੱਥੇ ਸਾਡੀਆਂ ਵੈਨਾਂ ਵੀ ਲੱਗੀਆਂ ਹੋਈਆਂ ਨੇ, ਲੈਬੋਰਟਰੀਆਂ ਅਸੀਂ ਬੜੇ ਮਤਲਬ ਕਿ ਨਾ ਰਿਮੋਟ ਏਰੀਆ ਵਿੱਚ ਜਾ ਕੇ ਲੈਬੋਰਟਰੀਆਂ ਖੋਲ੍ਹੀਆਂ ਨੇ, ਤਾਂ ਜੋ ਉੱਥੇ ਅਸੀਂ ਇਹਨਾਂ ਦੇ ਸਾਰੇ ਟੈਸਟ ਕਰ ਸਕੀਏ। ਰਾਜਸਥਾਨ 'ਚ ਹੁਣ ਅਸੀਂ ਤਕਰੀਬਨ ਬੀਕਾਨੇਰ ਤੱਕ ਅਸੀਂ ਪਹੁੰਚ ਚੁੱਕੇ ਹਾਂ, ਜਿੱਥੇ ਤੱਕ ਸਾਡੀਆਂ ਲੈਬੋਰਟਰੀਆਂ ਖੁੱਲ੍ਹ ਚੁੱਕੀਆਂ ਨੇ। ਵੈਸੇ 11 ਸਟੇਟਾਂ ਵਿੱਚ ਸਾਡੇ ਜਿਹੜੇ ਕੰਮ ਚੱਲ ਰਹੇ ਨੇ, ਅਤੇ ਹੁਣ ਕੱਲ੍ਹ ਹੀ ਸਾਡਾ ਇੱਕ ਹੋਰ ਐਗਰੀਮੈਂਟ ਸਾਈਨ ਹੋਇਆ ਕਿ ਅਸੀਂ 4 ਲੈਬੋਰਟਰੀਆਂ ਜਿਹੜੀਆਂ ਸਾਡੀਆਂ ਬੰਬੇ 'ਚ ਖੁੱਲ੍ਹ ਰਹੀਆਂ ਨੇ। ਔਰ ਬੰਬੇ 'ਚ ਕਿਸ ਤਰ੍ਹਾਂ ਕਿ ਬੰਬੇ ਤਾਂ ਬਹੁਤ ਵੱਡਾ ਹੈ, ਲੇਕਿਨ ਬੜੀ ਹੈਰਾਨੀ ਵੀ ਹੋਈ ਮੈਨੂੰ ਫਿਲਮ ਇੰਡਸਟਰੀ ਵੱਲੋਂ ਜਿਹੜਾ ਮੈਨੂੰ ਅਪਰੋਚ ਕੀਤਾ ਗਿਆ। ਤਕਰੀਬਨ ਉਹਨਾਂ ਦੇ 8 ਤੋਂ 10 ਹਜ਼ਾਰ ਇਹੋ ਜਿਹੇ ਵਰਕਰ ਹੈਗੇ ਨੇ ਜਿਹਨਾਂ ਕੋਲ ਜੋਬ ਵੀ ਨਹੀਂ ਹੈਗੀ, ਹੈਂਡ ਟੂ ਮਾਊਥ ਹੈਗੇ ਨੇ, ਟੈਸਟ ਤੱਕ ਹੀ ਕਰਾਉਣੇ ਉਹਨਾਂ ਨੇ। ਮਤਲਬ ਕਿ ਫਿਲਮ ਇੰਡਸਟਰੀ ਕਹਿਣ ਨੂੰ ਹੈ ਕਿ ਬਹੁਤ ਅਮੀਰ ਹੈ, ਲੇਕਿਨ ਜਿਹੜੇ ਅਮੀਰ ਨੇ ਬਹੁਤ ਅਮੀਰ ਨੇ, ਜਿਹੜੇ ਗਰੀਬ ਨੇ ਜਿੱਦਾਂ ਕਿ ਨਾ ਕੋਈ ਟੈਂਟ ਲਾਉਣ ਵਾਲਾ, ਕੋਈ ਸਟੇਜ ਬਣਾਉਣ ਵਾਲਾ, ਜਿਹੜੇ ਇਸ ਤਰ੍ਹਾਂ ਦੇ ਲੇਬਰ ਤਬਕਾ ਹੈਗੇ ਆ, ਸੋ ਉਹਨਾਂ ਦੀ ਜਿਹੜੇ ਕਰਨ ਲਈ ਅਸੀਂ ਤਕਰੀਬਨ 4 ਲੈਬੋਰਟਰੀਆਂ ਉਹ ਸਾਨੂੰ ਜਗ੍ਹਾ ਦੇ ਰਹੇ ਨੇ ਸਾਰੇ ਫਿਲਮ ਇੰਡਸਟਰੀ 'ਚ, ਅਤੇ 4 ਲੈਬੋਰਟਰੀਆਂ ਉੱਥੇ ਵੀ ਖੋਲ੍ਹਣ ਜਾ ਰਹੇ ਹਾਂ। ਸੋ ਮੇਰਾ ਖਿਆਲ ਹੈ ਕਿ ਅਸੀਂ ਇਸ ਸਾਲ ਦੇ ਵਿੱਚ ਵਿੱਚ ਸਾਡੀ 150 ਲੈਬੋਰਟਰੀ ਜਿਹੜੀ ਹੈ ਉਹ ਕੰਮ 'ਤੇ ਆ ਜਾਏਗੀ। ਰੇਟ ਤੁਸੀਂ ਬਾਹਰ ਪੜ੍ਹ ਹੀ ਲਿਆਉਣੇ ਆ ਕਿ ਸਾਡੇ ਰੇਟ ਜਿਹੜੇ ਮਾਰਕੀਟ ਨਾਲੋਂ 10% ਦੇ ਸਰ, ਜਿਹੜੇ ਟੋਟਲ ਬੋਡੀ ਦੇ ਰੇਟ ਬਾਹਰ 3500 ਜਾਂ 4000 'ਚ ਹੁੰਦੇ ਨੇ, ਸਾਡੇ 350 ਦੇ ਵਿੱਚ ਸਾਰੇ ਰੇਟ ਹੋ ਜਾਂਦੇ ਨੇ। ਇਸੀ ਚੀਜ਼ ਤੁਸੀਂ ਦੇਖ ਰਹੇ ਹੋ ਕਿ 150, 200 ਰੁਪਏ ਦੀ ਹੁੰਦੀ ਹੈ। ਸਾਡੀ ਕਿਸੇ ਵੀ ਲੈਬੋਰਟਰੀ ਜਾਓਗੇ ਤਾਂ 20 ਰੁਪਏ 'ਚ ਈ ਸੀ ਜੀ ਹੋ ਜਾਂਦੀ, ਜਿਹੜੇ ਕਿ ਕੁਛ ਵੀ ਨਹੀਂ ਹੈ ਅਮਾਊਂਟ, ਜਿਹੜਾ 20 ਰੁਪਏ 'ਚ ਕੋਈ ਵੀ ਕਰਾ ਸਕਦਾ, ਜਿਹੜੀ ਕਿ ਬਹੁਤ ਜ਼ਰੂਰੀ ਹੈ। ਸੋ ਇਸ ਤਰੀਕੇ ਨਾਲ ਮੈਂ ਫਿਰ ਇੱਕ ਵਾਰੀ ਸਾਰਾ ਕਮੇਟੀ ਦਾ ਅਤੇ ਇਲਾਕਾ ਨਿਵਾਸੀ ਦਾ ਧੰਨਵਾਦ ਕਰਦਾ, ਔਰ ਇਹੀ ਮੈਂ ਰਿਕੁਐਸਟ ਕਰਦਾ ਕਿ ਤੁਸੀਂ ਬੈਨਰਸ ਬਣਾ ਕੇ ਜਾਂ ਪਬਲਿਸਿਟੀ ਜ਼ਰੂਰ ਕਰੋ ਕਿ ਜਿਹੜੇ ਲਾਗੇ ਦੇ ਹੋਰ ਪਿੰਡ ਹੈਗੇ ਉਹਨਾਂ ਪਿੰਡਾਂ ਤੱਕ ਇਹ ਖਬਰ ਪਹੁੰਚੇ ਕਿ ਇੱਥੇ ਲੈਬੋਰਟਰੀ ਬੜੇ ਸਸਤੇ ਰੇਟਾਂ 'ਤੇ ਖੁੱਲ੍ਹ ਚੁੱਕੀ ਹੋਈ ਹੈ, ਤਾਂ ਜੋ ਹਰ ਬੰਦਾ ਫਾਇਦਾ ਉਠਾ ਲਏ। ਅਸੀਂ ਪਿੱਛੇ ਕੈਲਕੂਲੇਸ਼ਨ ਕੀਤੀ ਸੀ ਕਿ ਆ ਪਿਛਲੇ ਸਾਲ ਸਾਡਾ ਕਲੋਜ਼ ਹੋਇਆ ਅਤੇ ਤਕਰੀਬਨ 12 ਲੱਖ ਜਿਹੜੇ ਲੋਕ ਨੇ ਇਹਨਾਂ ਨੇ ਸਾਡੀਆਂ ਲੈਬੋਰਟਰੀਆਂ ਦਾ ਸਾਲ ਦੇ ਵਿੱਚ ਇਹ ਫਾਇਦਾ ਉਠਾਇਆ। ਸੋ ਮਤਲਬ ਕਹਿਣ ਦਾ ਇਹੀ ਹੋਇਆ ਕਿ ਤਕਰੀਬਨ 1 ਲੱਖ ਬੰਦਾ ਜਿਹੜਾ ਹਰ ਮਹੀਨੇ ਸਾਡੀਆਂ ਲੈਬੋਰਟਰੀਆਂ ਦਾ ਫਾਇਦਾ ਉਠਾ ਰਿਹਾ। ਸੋ ਇਹ ਬੜੀ ਅੱਛੀ ਸੇਵਾ ਜਿਹੜੀ ਸਾਨੂੰ ਵਾਹਿਗੁਰੂ ਦਿੱਤੀ ਹੈ, ਅਤੇ ਅਸੀਂ ਇਸੇ ਤਰ੍ਹਾਂ ਅੱਗੇ ਵੀ ਕਰਦੇ ਰਹਾਂਗੇ। ਅਤੇ ਦੇਖੋ ਸਰਕਾਰਾਂ ਦਾ ਆਪਣਾ ਕਰ ਹੀ ਰਹੀਆਂ ਜੀ, ਸਰਕਾਰਾਂ ਨੂੰ ਆਪਾਂ ਅਸੀਂ ਨਾਮ ਦੇ ਰੀਸ ਕਰ ਸਕਦੇ ਹਾਂ, ਉਹਨਾਂ ਦੇ ਵੱਡੇ ਫੰਡਸ ਹੁੰਦੇ ਨੇ, ਵੱਡੀਆਂ ਸਕੀਮਾਂ ਹੁੰਦੀਆਂ ਉਹਨਾਂ ਨੂੰ ਕਰ ਹੀ ਰਹੇ ਨੇ, ਲੇਕਿਨ ਅਸੀਂ ਆਪਣੇ ਲੈਵਲ 'ਤੇ ਜੋ ਅਸੀਂ ਕਰ ਰਹੇ ਹਾਂ, ਜਿਸ ਤਰ੍ਹਾਂ ਕਿ ਸਾਡੇ ਅੱਖਾਂ ਦੇ ਕੈਂਪ ਲੱਗ ਰਹੇ ਨੇ ਬਹੁਤ, ਤਕਰੀਬਨ ਸਾਡੇ ਮੇਰੇ ਕੱਲ੍ਹ 670 ਦੇ ਕਰੀਬ ਸਾਡੇ ਕੈਂਪ ਲੱਗ ਚੁੱਕੇ ਆ। ਅਸੀਂ ਲੈਂਸ ਫਰੀ ਪਾ ਕੇ ਦਿੰਦੇ ਹਾਂ, ਲੱਖਾਂ ਲੋਕ ਲੈਂਸ ਪਾ ਚੁੱਕੇ ਨੇ। ਡਾਇਲਿਸਿਸ ਮਸ਼ੀਨਾਂ ਦੀ ਗੱਲ ਕਰੀਏ ਤਾਂ ਅਸੀਂ 240 ਯੂਨਿਟ ਸਾਡੇ ਡਾਇਲਿਸਿਸ ਦੇ ਲੱਗੇ ਹੋਏ ਨੇ, ਜਿਹੜੇ ਕਿ ਬਿਲਕੁਲ 650-650 ਰੁਪਏ 'ਚ ਅਸੀਂ ਡਾਇਲਿਸਿਸ ਕਰਦੇ ਹਾਂ, ਜਿਹੜਾ ਮਾਰਕੀਟ ਵਿੱਚ 4000 ਦਾ ਹੁੰਦਾ ਹੈ। ਇਸੇ ਤਰ੍ਹਾਂ ਜਿਹੜੀਆਂ ਡਲਾਈਜ਼ਰ ਕਿੱਟਸ ਹੈਗੀਆਂ, ਅਸੀਂ ਲੱਖਾਂ ਦੇ ਹਿਸਾਬ 'ਚ ਕਿੱਟਾਂ ਜਿਹੜੀਆਂ ਅਸੀਂ ਬਿਲਕੁਲ ਫਰੀ ਆਫ ਕੋਸਟ ਅਸੀਂ ਵੰਡਦੇ ਹਾਂ। ਕਿਸੇ ਨੇ ਵੀ ਡਾਇਲਿਸਿਸ ਕਰਾਉਣਾ, ਸਾਡੇ ਆਫਿਸ ਜਾਓ, ਪੰਜਾਬ 'ਚ ਸਾਡੇ 30 ਆਫਿਸ ਹੈ, ਹਰ ਆਫਿਸ ਵਿੱਚ ਸਾਡੀ ਜਿਹੜੀਆਂ ਡਾਇਲਿਸਿਸ ਕਿੱਟਾਂ ਪਈਆਂ ਹੋਈਆਂ ਨੇ। ਜਿਸ ਬੰਦੇ ਨੂੰ ਲੋੜ ਹੈ ਉੱਥੇ ਜਾ ਕੇ ਆਪਣਾ ਨਾਂ ਦਰਜ ਕਰਾ ਕੇ, ਅਤੇ ਡਲਾਈਜ਼ਰ ਕਿੱਟ ਜਿਹੜੀ ਹੈ ਉਹ 1100-1200 ਰੁਪਏ ਦੀ ਆਉਂਦੀ ਹੈ, ਲੇਕਿਨ ਆਪਣੇ ਆਫਿਸ ਵਿੱਚੋਂ ਉਸ ਬੰਦੇ ਨੂੰ ਬਿਲਕੁਲ ਫਰੀ ਦਿੱਤੀ ਜਾਂਦੀ ਹੈ। ਸੋ ਇਸ ਤਰ੍ਹਾਂ ਸੇਵਾਵਾਂ ਹੈਗੀਆਂ ਨੇ। ਕੈਂਪ ਸਾਡੇ ਮੈਡੀਕਲ ਕੈਂਪਸ ਬੜੇ ਲੱਗ ਰਹੇ ਨੇ, ਜੇਲ੍ਹਾਂ 'ਚ ਬੜੇ ਕੈਂਪ ਲੱਗ ਰਹੇ ਨੇ। ਸੋ ਲੈਬੋਰਟਰੀਆਂ ਸਾਡੀਆਂ, ਡਾਕਟਰ ਗਿੱਲ ਮੇਰੇ ਨਾਲ ਖੜ੍ਹੇ ਨੇ, ਲੈਬੋਰਟਰੀਆਂ ਸਾਰੀ ਦੇਖ ਰੇਖ ਜਿਹੜੀ ਉਹ ਇਹਨਾਂ ਦੇ ਕੰਟਰੋਲ 'ਚ ਹੈ। ਇਸ ਤਰ੍ਹਾਂ ਸਾਡੀਆਂ ਕਮੇਟੀਆਂ ਬਣੀਆਂ ਹੋਈਆਂ, ਵੱਖ ਵੱਖ ਡਾਕਟਰਾਂ ਦੇ ਵੱਖਰੇ ਵੱਖਰੇ ਕੰਮ ਹੈਗੇ ਨੇ। ਅਸੀਂ ਫਿਜ਼ੀਓਥਰੈਪੀ ਸੈਂਟਰ ਖੋਲ੍ਹ ਰਹੇ ਹਾਂ, ਡੈਂਟਲ ਕਲੀਨਿਕ ਸਾਡੇ ਖੁੱਲ੍ਹ ਰਹੇ ਨੇ, ਡਿਜੀਟਲ ਐਕਸਰੇ ਆ ਗਏ ਰਹੇ, ਉਹ ਵੀ ਸਾਡੇ ਕਾਫੀ ਹੋਸਪਿਟਲਾਂ ਵਿੱਚ ਖੁੱਲ੍ਹ ਚੁੱਕੇ ਨੇ, ਸਾਡੇ ਆਪਣੇ ਗੁਰਦੁਆਰਿਆਂ ਵਿੱਚ ਹੀ ਖੋਲ੍ਹਣੇ ਜ਼ਿਆਦਾ ਅਸੀਂ। ਸੋ ਇਸ ਤਰੀਕੇ ਨਾਲ ਅਲਟਰਾਸਾਊਂਡ ਵੀ ਸ਼ੁਰੂ ਕੀਤਾ, ਜਿੱਥੇ ਸਾਨੂੰ ਡਾਕਟਰ ਦੀ ਫੈਸਿਲਿਟੀ ਮਿਲ ਜਾਂਦੀ ਹੈ ਉੱਥੇ ਅਲਟਰਾਸਾਊਂਡ ਵੀ ਜਿਹੜਾ। ਔਰ ਤੁਸੀਂ ਰੇਟ ਦੇਖੋਗੇ ਤਾਂ ਕੁਛ ਵੀ ਨਹੀਂ ਆ, ਅਲਟਰਾਸਾਊਂਡ 50 ਰੁਪਏ ਦਾ, ਡਿਜੀਟਲ ਐਕਸਰੇ 70 ਰੁਪਏ ਦਾ, ਜਿਹੜਾ ਕਿ ਹੋ ਵੀ ਨਹੀਂ ਸਕਦਾ। ਲੇਕਿਨ ਸਾਡਾ ਇਹ ਹੈ ਕਿ ਅਸੀਂ ਕੋਸਟ ਪ੍ਰਾਈਸ 'ਤੇ ਕੰਮ ਕਰਦੇ ਹਾਂ, ਨੋ ਪ੍ਰੋਫਿਟ ਨੋ ਲੋਸ, ਸਾਨੂੰ ਕੋਈ ਲਾਲਚ ਨਹੀਂ ਕਿ ਅਸੀਂ 10 ਰੁਪਏ ਵੀ ਕਮਾਈਏ। ਅਸੀਂ ਇਹ ਕਹਿੰਦੇ ਕਿ ਜਿੱਥੋਂ 4 ਪੈਸੇ ਬਚਦੇ ਆ, ਜਿਸ ਤਰ੍ਹਾਂ ਹੁਣ ਗੁਰਦੁਆਰਾ ਸਾਹਿਬ, ਇੱਥੇ ਸਾਡੀ ਬੱਚਤ ਹੋਈ ਹੈ ਕਿ ਸਾਨੂੰ ਬਿਲਡਿੰਗ ਬੜੀ ਬਣਾਈ ਮਿਲ ਗਈ ਹੈ। ਸੋ ਇਹ ਜਿਹੜੀ ਬੱਚਤ ਹੋਏਗੀ ਇਹ ਰੇਟਾਂ ਵਿੱਚ ਮਰਜ ਹੋ ਜਾਏਗੀ। ਸੋ ਇਹ ਸਾਡੇ ਜੇਬ 'ਚ ਪੈਸਾ ਨਹੀਂ ਪਏਗਾ, ਇਹ ਜਿੰਨਾ ਪੈਸਾ ਇੱਥੋਂ ਆਉਣਾ ਉਹ ਸਾਰਾ ਰੇਟ ਉਹਨੇ ਘੱਟ ਜਾਣੇ ਹੈਗੇ ਆ।
ਸੋ ਇਸ ਤਰੀਕੇ ਨਾਲ ਸਾਡੀਆਂ ਸੇਵਾਵਾਂ ਜਿਹੜੀਆਂ ਜਾਰੀ ਹੈ। ਦੇਖੋ ਅਸੀਂ ਹਰ ਜਗ੍ਹਾ ਪਹਿਲਾਂ ਇੱਕ ਚੀਜ਼ ਖੋਲਦੇ ਹਾਂ, ਜਿੱਦਾਂ ਲੈਬੋਰਟਰੀ ਖੋਲ ਦਿੱਤੀ, ਹੁਣ ਤੁਸੀਂ ਚੰਡੀਗੜ੍ਹ ਚਲ ਜਾਓ ਗੁਰਦੁਆਰਾ ਸਾਹਿਬ 34 ਸੈਕਟਰ 'ਚ, ਪਹਿਲਾਂ ਲੈਬੋਰਟਰੀ ਖੋਲ੍ਹੀ ਗਈ, ਉੱਥੇ ਇੰਨਾ ਕੁ ਰਿਸਪੋਂਸ ਅੱਛਾ ਮਿਲਿਆ, ਫਿਰ ਸਾਨੂੰ ਉੱਥੇ ਫਿਜੀਓਥਰੈਪੀ ਸੈਂਟਰ ਖੋਲ੍ਹਣਾ ਪਿਆ ਜਿਹੜਾ ਬਹੁਤ ਅੱਛਾ ਚੱਲ ਰਿਹਾ, ਫਿਰ ਸਾਨੂੰ ਡੈਂਟਲ ਕਲੀਨਿਕ ਖੋਲ੍ਹਣਾ ਪਿਆ, ਉੱਥੇ ਡਿਜੀਟਲ ਐਕਸਰੇ ਵੀ ਦੇਣਾ ਪਿਆ ਗੁਰਦੁਆਰੇ ਵਿੱਚ ਹੀ। ਸੋ ਸਾਡੀ ਕੋਸ਼ਿਸ਼ ਇਹ ਹੁੰਦੀ ਕਿ ਅਸੀਂ ਜਿੰਨੇ ਸਾਡੇ ਪ੍ਰੋਜੈਕਟ ਹੈਗੇ ਨੇ ਇਹ ਅਸੀਂ ਗੁਰਦੁਆਰਿਆਂ ਵਿੱਚ, ਮੰਦਰਾਂ ਵਿੱਚ ਜਾਂ ਧਰਮਸ਼ਾਲਾ 'ਚ ਖੋਲ੍ਹੀਏ, ਉਹਦੇ ਨਾਲ ਕੀ ਹੈ ਕਿ ਇੱਕ ਸਾਡਾ ਨਾ ਸਾਂਝੇ ਤੌਰ 'ਤੇ ਮੈਸੇਜ ਜਾਂਦਾ ਕਿ ਇਹ ਗੁਰਦੁਆਰੇ ਜਾਂ ਤੁਸੀਂ ਕੋਈ ਇਸ ਲੰਗਰਾਂ ਤੱਕ ਹੀ ਸੀਮਤ ਨਹੀਂ ਬੈਠੇ ਜਾਂ ਕੜਾਹ ਪ੍ਰਸ਼ਾਦ ਤੱਕ ਨਹੀਂ ਬੈਠੇ, ਅਸੀਂ ਹੋਰ ਵੀ ਕੰਮ ਕਰ ਰਹੇ ਹਾਂ। ਸੋ ਇਹ ਇੱਕ ਬੜਾ ਅੱਛਾ ਮੈਸੇਜ ਜਾਂਦਾ ਕਿ ਇੱਥੇ ਆਓ, ਤੁਸੀਂ ਨਾਲ ਮੱਥਾ ਟੇਕੋ, ਨਾਲੇ ਟੈਸਟ ਕਰਾਓ, ਔਰ ਇੰਨੇ ਸਸਤੇ ਰੇਟਾਂ 'ਤੇ ਟੈਸਟ ਹੋ ਰਹੇ।